ਕਿ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਉਸ ਵਕਤ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਨਰਸਿਮਹਾ ਰਾਓ ਸੀ। ਜੇ ਕਾਂਗਰਸ ਪਾਰਟੀ ਅਤੇ ਨਰਸਿਮਹਾ ਰਾਓ ਚਾਹੁੰਦੇ ਕਿ ਬੀਜੇਪੀ ਅਤੇ RSS LK ਅਡਵਾਨੀ ਬਾਬਰੀ ਮਸਜਿਦ ਨੂੰ ਨਾ ਸ਼ਹੀਦ ਕਰਦੇ ਤਾਂ ਪ੍ਰਾਈਮ ਮਿਨਿਸਟਰ ਵਜ਼ੀਰ ਆਜ਼ਮ ਕਰ ਸਕਦਾ ਸੀ, ਪਰ ਜਦੋਂ ਰਾਜੀਵ ਗਾਂਧੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਬੀਆਂ ਦਿੱਤੀਆਂ ਸੀ ਕਿ ਬਾਬਰੀ ਮਸਜਿਦ ਨੂੰ ਖੋਲ੍ਹ ਦਿਓ, ਫਿਰ ਨਰਸਿਮਹਾ ਰਾਓ ਉਹ ਕਿਵੇਂ ਕਾਂਗਰਸ ਪਾਰਟੀ ਤੋਂ ਉਲਟ ਜਾ ਸਕਦਾ ਸੀ। ਅੱਜ ਪ੍ਰੋਪਾਗੈਂਡਾ ਹੋ ਰਿਹਾ ਕਿ ਬੀਜੇਪੀ RSS ਰੋਕਣ ਦੇ ਲਈ ਕਾਂਗਰਸ ਨੂੰ ਵੋਟ ਪਾਓ। ਕਿਹੜੇ ਮੂੰਹ ਦੇ ਨਾਲ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ ਜਿਹੜੀ ਸਾਜ਼ਿਸ਼ ਦੇ ਵਿੱਚ ਸੀਗੀ, ਜਿਹੜੀ ਬਾਬਰੀ ਮਸਜਿਦ ਦੀ ਸ਼ਹਾਦਤ ਨੂੰ ਰੋਕ ਸਕਦੀ ਸੀ ਪਰ ਉਸ ਨੇ ਨਹੀਂ ਰੋਕਿਆ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਘੱਟ ਗਿਣਤੀਆਂ ਦੇ ਲਈ ਬੋਲਦੀ ਹੈ, ਕਰਦੀ ਹੈ, ਐਕਸ਼ਨ ਕਰਦੀ ਹੈ। ਅਸੀਂ ਬਾਬਰੀ ਮਸਜਿਦ ਦੇ ਲਈ UP ਜਾ ਕੇ ਗ੍ਰਿਫਤਾਰ ਹੋਏ, ਬਹੁਤ ਸਾਡੇ 'ਤੇ ਜ਼ੋਰ ਲੱਗਿਆ ਕਿ ਤੁਸੀਂ ਨਹੀਂ ਜਾਣਾ, ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰਟੀ ਅਤੇ ਹਿੰਦੁਤਵਾ BJP ਨੇ ਰਲ ਕੇ ਸਾਡੇ ਦਰਬਾਰ ਸਾਹਿਬ ਨੂੰ ਢਾਇਆ 1984 ਦੇ ਵਿੱਚ, ਸ਼ਹੀਦ ਕੀਤੇ ਅਕਾਲ ਤਖ਼ਤ ਸਾਹਿਬ, ਸਾਡੇ ਲੀਡਰ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਫਿਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਅਤੇ BJP ਦੇ ਉੱਤੇ ਕਿਵੇਂ ਇਤਬਾਰ ਕਰ ਸਕਦੇ ਹਾਂ। ਇਹ ਸਮਝਦੇ ਹੈ ਕਿ ਜੇ ਹਿੰਦੁਸਤਾਨ ਦੇ ਵਿੱਚ ਬਹੁਤ ਗਿਣਤੀ ਹਿੰਦੂਆਂ ਦੀ ਹੈ, ਫਿਰ ਨਾ ਕਾਂਗਰਸ ਨਾ BJP RSS ਸਾਡੀ ਘੱਟ ਗਿਣਤੀਆਂ ਦੇ ਲਈ ਖੜ ਸਕਦੇ ਹੈ। ਕਿਉਂ ਕਰਕੇ ਹਕੂਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਬਹੁਤ ਗਿਣਤੀ ਹਿੰਦੂ ਦੀ ਲੋੜ ਹੈ। ਅੱਜ ਪ੍ਰਾਈਮ ਮਿਨਿਸਟਰ ਮੋਦੀ ਕੀ ਪ੍ਰੋਪਾਗੈਂਡਾ ਕਰਦਾ ਹੈ, ਕਰ ਰਿਹਾ ਹੈ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਕਰ ਦਿੱਤੀ ਹੈ ਅਤੇ ਸਾਰੇ ਹਿੰਦੂ ਸਾਨੂੰ ਵੋਟਾਂ ਪਾਉਣ, ਇਹ ਕਾਨੂੰਨ ਦੇ ਖਿਲਾਫ ਹੈ ਔਰ ਸੰਵਿਧਾਨ ਦੇ ਖਿਲਾਫ ਹੈ। ਕਿਉਂ ਕਰਕੇ ਇਹ ਮੁਲਕ ਅਜੇ ਤੱਕ ਧਰਮ ਨਿਰਪੱਖ ਮੁਲਕ ਹੈ, ਅਸੀਂ ਧਰਮ ਦੇ ਨਾਂ ਦੇ ਉੱਤੇ ਵੋਟ ਨਹੀਂ ਮੰਗ ਸਕਦੇ। ਪਰ ਇਹ ਲੋਕ ਇਹ ਸਮਝਦੇ ਹੈ ਕਿ ਸਾਡਾ ਮੁਲਕ ਹੈ, ਇਹਨਾਂ ਦਾ ਮੈਨੀਫੈਸਟੋ ਕਹਿੰਦਾ ਕਿ ਜੇ BJP RSS ਜਿੱਤ ਗਈ, ਇੰਡੀਆ ਦਾ ਨਾਂ ਹਟਾ ਕੇ ਇਸ ਦਾ ਨਾਂ ਇੰਡੀਆ ਪਾ ਦੇ, ਭਾਰਤ ਪਾ ਦੇਣਾ, ਅਤੇ ਉਸ ਤੋਂ ਬਾਅਦ
ਇਸ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹਦੇ ਵਿੱਚ ਕਿਸੇ ਘੱਟ ਗਿਣਤੀ ਮੁਸਲਮਾਨ, ਇਸਾਈ, ਸਿੱਖ, ਜੈਨੀ ਦਾ ਕੋਈ ਉੱਥੇ ਹੱਥ ਨਹੀਂ ਆਊਗਾ। ਇਹੋ ਜਿਹੀ ਚੀਜ਼ ਨੂੰ ਜੇ ਆਪਾਂ ਸਹਿ ਜਾਵਾਂਗੇ ਤਾਂ ਮੇਰਾ ਮਤਲਬ ਹੈ ਹੁਣ ਵੋਟਾਂ ਦਾ ਟਾਈਮ ਹੈ, ਇਹ ਜੰਗ ਦਾ ਟਾਈਮ ਹੈ। ਪਿਛਲੇ ਮੌਕਿਆਂ ਦੇ ਵਿੱਚ ਹਥਿਆਰਾਂ ਦੇ ਨਾਲ ਜੰਗ ਜਿੱਤੀ ਜਾਂਦੀ ਸੀ, ਪਰ ਅੱਜ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਸਿਰਫ ਬਟਨ ਨੱਪਣਾ, ਸਾਡਾ ਚੋਣ ਨਿਸ਼ਾਨ ਹੁਣ ਮਿਲ ਚੁੱਕਿਆ, ਇੱਕ ਬਾਲਟੀ ਹੈ। ਜਿਵੇਂ ਪਹਿਲਾਂ ਬਾਲਟੀ ਸੀਗੀ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਤਕੀ ਵਾਰੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ।